ਹਾਂ ਜੀ ਸਤਿ ਸ਼੍ਰੀ ਅਕਾਲ ਲੋਜੀ ਮੈਂ ਤੁਹਾਡੀ ਵੀਡੀਓ ਲੈ ਕੇ ਆ ਹਾਂ ਉਹਨਾਂ ਸਭਾਂ ਯਾਰਾਂ ਦੋਸਤਾਂ ਭਾਈਆਂ ਲਈ ਜਾਂ ਜੇ ਕੋਈ ਤੁਹਾਡੇ ਜਾਣ ਵਾਲੇ ਹੈ ਨੇ ਜਿਨ੍ਹਾਂ ਯਾਰਾਂ ਦੋਸਤਾਂ ਭਾਈਆਂ ਦੇ ਦਮਾਂਦੇ ਇੰਪਸ ਦੇ ਅਜੇ ਐਕਸੈਪਟ ਨਹੀਂ ਹੋਏ ਜਾਂ ਰਿਸਪਨ ਤੇ ਵੀ ਚਲੇ ਗਏ ਸਨ ਜਾਂ ਕੋਈ ਹੋਰ ਪ੍ਰੋਬਲਮ ਹੈ ਜਾਂ ਸ਼ੋ ਨਹੀਂ ਹੋ ਰਿਹਾ ਤਾਂ ਉਹਨਾਂ ਸਭਾਂ ਲਈ ਇਹ ਵੀਡੀਓ ਹੈ ਤੇ ਭਾਵੇਂ ਦਮਾਂਦਾ ਹੋਵੇ ਇੰਦੇ ਨਹੀਂ ਤਸੇ ਚੰਦ ਹੋਆ ਬਰੋ ਭਾਵੇਂ ਦਮਾਂਦਾ ਹੋਵੇ ਜਿਵੇਂ ਕਿ ਬਲੌਕ ਹੋਇਆ ਤਕਰੀਬਨ 30% ਬੰਦੇ ਦਮਾਂਦੇ ਬਲੌਕ ਕਰ ਦਿੱਤੇ ਨੇ ਰੈਡੂ ਦੀ ਚੇਤਾਵਨੀ ਅੰਜ਼ਾਦੀ ਤੇ ਜੇ ਤੁਹਾਡਾ ਉਹ ਵੀ ਦਮਾਂਦਾ ਤਾਂ ਫੇਰ ਵੀ ਤੁਸੀਂ ਇਸ ਇਸ ਟ੍ਰਿਕ ਦੇ ਕਾਰਨਲ ਇਮਸ ਤੋਂ ਪੁੱਛ ਸਕਦੇ ਹੋ विदाਊਟ ਲੌਗ ਇਨ ਹੋਇਆ ਪਾਵੇਂ ਰੱਦ ਦੀ ਅਮਰਜੈਂਸੀ ਦਾ ਮੰਦਾ ਹੋਵੇ ਪਾਵੇਂ ਬੋਨਸ ਜਿਲਨੀ ਦੇਵਾ ਪਾਨਸ ਬੋਨਸ ਬੇਬੀ ਵਾ ਪਾਵੇਂ ਦਮੰਦਾ ਹੋਵੇ ਨਾਸਪੀ ਦਾ ਜਿਸ ਕੋ ਬਚੋ ਨੇ ਦਾ ਅਗਰ ਤੁਸੀਂ ਪਹਿਲੇ ਜੀ ਨਵੇਂ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਵੀਡੀਓ ਬੱਦੋ ਬੱਦੋ ਸ਼ੇਅਰ ਕਰੋਗੇ ਬਾਕੀ ਨੇ ਵੇਲੇ ਪਹੁੰਚ ਗਏ ਖਾਸ ਕਰ ਉਹਨਾਂ ਨੂੰ ਸ਼ੇਅਰ ਕਰੋ ਜਿਨ੍ਹਾਂ ਦਾ ਦਮੰਦ ਸ਼ੋ ਨਹੀਂ ਹੋ ਰਿਹਾ ਜਿਨ੍ਹਾਂ ਦਾ ਪ੍ਰੋਬਲਮ ਹੋ ਰਹੀ ਹੈ ਉਹ ਇਮਸ ਤੋਂ ਕਿਵੇਂ ਪੁੱਛ ਸਕਦੇ ਨੇ ਤਿੰਨ ਤਰੀਕਾ ਕਰ ਮੈਂ ਦੱਸਾਂਗਾ ਤਰੇ ਮੋਡੋ ਦੀ ਤਿੰਨ ਮੋਡੋ ਵੀ ਤਿੰਨ ਤਰੀਕੇਾਂ ਵਿੱਚ ਤਿੰਨ ਤਰੀਕਾ ਕਰਨਾ ਮੈਂ ਦੱਸਾਂਗਾ ਸਭ ਤੋਂ ਪਹਿਲੇ ਤੁਸੀਂ ਸ਼ੇਰਚ ਕਰਨਾ ਹੈ ਵੋ ਬੋ ਵੀ ਇਮਸ ਇਮਸ ਨੂੰ ਤੁਸੀਂ ਸਰਚ ਕਰੋਗੇ .it ਨੂੰ ਤੇ ਸਭ ਤੋਂ ਪਹਿਲੇ ਹੋਮ ਪੇਜ 'ਤੇ ਸਿਕਲਿਕ ਕਰਾਂਗੇ ਹੋਮ ਪੇਜ ਨੂੰ ਕਲਿਕ ਕਰਾਂਗੇ ਤੇ ਜਿਸ ਤਰ੍ਹਾਂ ਦਾ ਇੰਟਰਫੇਸ ਆਵੇ ਤੁਸੀਂ ਇੱਥੋਂ ਜੇ ਮੋਬਾਈਲ ਦੇ ਉਤੇ ਡੈਸਕਟਾਪ ਮੋਡ ਔਨ ਕਰ ਸਕਦੇ ਹੋ ਹੋਮ ਪੇਜ ਨੂੰ ਕਲਿਕ ਕਰਨਾ ਜੀ ਹੋਮ ਪੇਜ ਨੂੰ ਕਲਿਕ ਕਰਦੇ ਹੋ ਇੱਥੇ ਤੁਸੀਂ ਸਰਚ ਕਰਨਾ ਹੈ ਰਿਸ ਪੋਂਦੀ ਇਮਸ ਰਿਸਪੋਂਦੀ INPS respondi responder ਇਹਨੂੰ ਸਰਚ ਕਰਨਾ ਜੀ ਤੁਸੀਂ ਇਹਦੇ ਵਿੱਚ ਇਹ ਜਿਹੜੇ ਉੱਤੇ ਸਰਵਸ ਆ ਰਹੀ ਹੈ ਇਹਨੂੰ ਪਹਿਲੀ ਨੂੰ ਕਲਿੱਕ ਕਰ ਲਓ ਇਹਦੇ ਵਿੱਚ ਜਦ ਤੁਹਾਨੂੰ ਇਸ ਤਰ੍ਹਾਂ ਦਾ ਇੰਟਰਫੇਸ ਖੁੱਲੇਗਾ ਇਹਨੂੰ ਤੁਸੀਂ ਸਭ ਤੋਂ ਥੱਲੇ ਚਲੇ ਜਾਓ ਇੱਥੇ ਜਿਕੇ ਜਿਕਰ ਆ ਰਹੀ ਕਰਨਾ ਹੈ ਕਿ ਤੁਸੀਂ ਜੋ ਵੀ ਉੱਤੇ ਲਿਖਿਆ ਸੀ ਪੜ ਲਿਆ ਹੋਵੇ ਤੇ ਉਹਦੇ ਤੋਂ ਬਾਅਦ ਇੱਥੇ ਦੀ ਕਰਾਰ ਗੰਦੂ ਬਾਦ ਜੇ ਤੁਹਾਨੂੰ ਕੋ ਪਿੰਨ ਤੋਂ ਥਰੂ ਕਰਨਾ ਚਾਹੁੰਦਾ ਹੈ ਇੱਧਰ ਲੌਗਇਨ ਕਰ ਸਕਦੇ ਹੋ ਲੇਕਿਨ ਸੈਂਸਾ ਪਿਨ ਵੀ ਕਰ ਸਕਦੇ ਹੋ ਵਿਦਆਊਟ ਪਿਨ ਜੇ ਬੰਦੇ ਕਹਿੰਦੇ ਨਾ ਯਾਰ ਮੇਰੇ ਕੋਲ ਪਿਨ ਨਹੀਂ ਹੈ ਉਹ ਕਿਵੇਂ ਕਰਨਗੇ ਉਹ ਇੱਥੇ ਲੌਗਇਨ ਹੋਣਗੇ ਠੀਕ ਹੈ ਜੀ ਇੱਧਰ ਲੌਗਇਨ ਹੋਣਾ ਉਹਨਾਂ ਬੰਦਿਆਂ ਲਈ ਜਿਹੜੇ ਬੰਦਿਆਂ ਦੇ ਦਮਾਂਦਿਆਂ ਦਾ ਕੋਈ ਜਵਾਬ ਨਹੀਂ ਆ ਰਿਹਾ ਮਸਲਾ ਹੋਇਆ ਹੈ ਪੈਸੇ ਲੇਟ ਨੇ ਉਹ ਕਿਵੇਂ ਪੁੱਛ ਸਕਦੇ ਨੇ ਤੇ ਜਦ ਇਸ ਤਰ੍ਹਾਂ ਇੰਟਰਫੇਸ ਖੁੱਲੇਗਾ ਸੈਂਸਾ ਪਿਨ ਤੁਸੀਂ ਲੌਗਇਨ ਹੋ ਰਹੇ ਹੋ ਠੀਕ ਹੈ ਵਿਦਆਊਟ ਪਿਨ ਇਹ ਤੇ ਇੰਟੀਰੀਅਰਰ ਨੋਵਾਸ ਰਿਗੇਸਟਰ ਇਹਨੂੰ ਕਲਿੱਕ ਕਰਨਾ ਜੀ ਇਸ ਤੋਂ ਬਾਅਦ ਜੀ ਇਸ ਤਰ੍ਹਾਂ ਦਾ ਇੰਟਰਫੇਸ ਖੁੱਲੇਗਾ ਜਿੱਥੇ ਤੁਸੀਂ ਆਪਣਾ ਰਿਕਵੈਸਟਾ ਫਿਲ ਕਰ ਸਕਦੇ ਹੋ ਸਭ ਤੋਂ ਪਹਿਲੇ ਤੁਸੀਂ ਉੱਤੇ ਜਿਵੇਂ ਕਿ ਇਹ ਸਿੰਪਲ ਚੀਜ਼ਾਂ ਨੇ ਕੋਚੀ ਵਿਸਕਾ ਲੈ ਆਪਣਾ ਦੇ ਨਾਮੇ ਕੋ ਨਾਮੇ ਦੇਣਾ ਦਾਤ ਨਾਸ਼ੀ ਦਾ ਸੈਸੋ ਮੇਲ ਫੀਮੇਲ ਪ੍ਰੋਵਿੰਸਾ ਦਾ ਨਾਸ਼ੀ ਜਿੱਥੇ ਪੈਦਾ ਹੋਏ ਉਹ ਦਾਤੇ ਰੈਜ਼ੀਡੈਂਸਾ ਵਗੈਰਾ ਇਹ ਦੇ ਕੇ ਪ੍ਰੋਵਿੰਸਾ ਦੀ ਨਾਸ਼ੀਤਾ ਰੈਜ਼ੀਡੈਂਸਾ ਕਮੂਨ ਹੈ ਟੈਲੀਫੋਨ ਨੰਬਰ ਇਹ ਅਟੈਂਸ਼ਨ ਲਈ ਇਹ ਚੀਜ਼ਾਂ ਸਹੀ ਦੇਣੀਆਂ ਬਹੁਤ ਇਹ ਟੈਲੀਫੋਨ ਨੰਬਰ ਔਰ ਮੇਲ ਜਿਹੜੀ ਹਾਸ ਕਰ ਇਹ ਸਹੀ ਨਹੀਂ ਕਿਉਂਕਿ ਇੱਥੇ ਕਮਿਊਨੀਕੇਸ਼ਨ ਆਉਣੀ ਹੈ ਤੁਹਾਨੂੰ ਰਿਪਲਾਈ ਆਉਣਾ ਹੈ ਵਿਥਿਨ 48 48 ਆਵਰਸ ਤੇ ਅ ਟੈਲੀਫੋਨ ਨੰਬਰ ਔਰ ਮੇਲ ਜਿਹੜੀ ਹੈ ਇਹ ਸਹੀ ਤਾਂ ਤੱਕ ਸੁਣ ਕੇ ਧਿਆਨ ਨਾਲ ਦੇਣੀ ਹੈ ਫਿਰ ਬਾਅਦ ਵਿੱਚ ਜੀ ਇੱਥੇ ਤੁਸੀਂ ਰਿਕਵੈਸਟ ਆਕਾਦਾ ਕਰਨਾ ਹੈ ਪਹਿਲੇ ਆਪਸ਼ਨ ਵਿਜੇ ਜਿਸ ਤੇ ਉਹਨਾਂ ਦੇ ਪੰਦਨ ਦੀ ਪ੍ਰਾਈਵੇਟ ਹੀ ਇਹ ਇੰਪਸੀ ਨੂੰ ਕਲਿੱਕ ਕਰ ਸਕਦੇ ਹੋ ਠੀਕ ਹੈ ਜੀ ਅਸੇ ਜਿਸ ਤੇ ਉਹਨਾਂ ਦੇ ਪੰਦਨ ਦੀ ਪਬਲਿਕੋ ਠੀਕ ਹੈ ਜੀ ਇਹਨੂੰ ਵੀ ਕਲਿੱਕ ਕਰ ਸਕਦੇ ਹੋ ਜਿਸ ਤੇ ਉਹਨਾਂ ਲਬੋਰਟਰੀ ਸਪੈਟਕੋਲੋਜੀ ਦਲਾ ਸਪੋਰਟ ਜਿਹੜੀ ਤੁਹਾਡੀ ਅਕੋਰਡਿੰਗ ਹੈ ਨਾ ਯਾਨੀ ਕਿ ਮੈਂ ਪਹਿਲੇ ਨੂੰ ਕਰ ਲਾਂਗਾ ਠੀਕ ਹੈ ਮੰਨ ਲਓ ਦਪੰਦਨ ਦੀ ਪਰਿਵਾਤੀ ਅੱਗੇ ਕੋਰ ਆਪਸ਼ਨ ਉੱਤੇ ਤਲੇ ਤਲੇ ਕੁਲ ਜੇਗਾ ਜਿਹਦੇ ਵਿੱਚੋਂ ਮੈਂ ਸਿਲੈਕਟ ਕਰਨਾਵੇਂ ਅ ਇਨਫਰਮਾਸਿਓਨੇ ਦੀ ਕਾਰਾਟੇਰੇ ਗੇਨਰਾਲੇ ਜਾਂ ਫਿਰ ਤੁਸੀਂ ਸਟੈਟ ਕਰ ਸਕਦੇ ਹੋ ਇਹਦੇ ਵਿੱਚੋਂ ਸਟਾਟੋ ਦੀ ਪ੍ਰਾਟਿਕਾ ਰਿਕੇਸਤਾ ਐਨ ਨੂੰ ਸਿਲੈਕਟ ਕਰ ਸਕਦੇ ਹੋ ਜਾਂ ਫਿਰ ਰਿਕੇਸਤਾ ਇਸ ਸਰਵਿਸੋ ਪ੍ਰেজੈਂਟੇਸ਼ਨ ਇਹਨਾਂ ਦੋ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਜੇ ਤੁਸੀਂ ਆਪਣੇ ਦਮਾਂ ਦੇ ਬਾਰੇ ਪੁੱਛਣਾ ਹੈ ਜਾਂ ਫਿਰ ਅਲਟਰੋ ਦਾ ਆਪਸ਼ਨ ਆਵੇਗਾ ਜੇ ਜਦੇ علاوہ ਤੁਸੀਂ ਕੋਈ ਹੋਰ ਚੀਜ਼ ਪੁੱਛਣਾ ਚਾਹੁੰਦੇ ਹੋ ਤੇ ਇਹਨਾਂ ਦੋ ਵਿੱਚੋਂ ਮੈਂ ਸਿਲੈਕਟ ਕਰਾਂਗਾ ਸਤਤੋ ਦੀ ਪ੍ਰਾਤਿਕਾ ਮੇਰੇ ਪ੍ਰਾਤਿਕਾ ਜਿਹੜਾ ਮੇਰਾ ਹੋਇਆ ਵੇ ਉਹਦਾ ਸਤਤੋ ਹਾਲਤ ਕੀ ਹੈ ਹਦਰਾ ਲੋ ਜੀ ਹੁਣ ਇੱਥੇ ਤੇ ਲੇ ਇੱਕ ਨੋਟ ਲਿਖਣਾ ਹੈ ਜਿਹਦੇ ਵੀ ਤੁਸੀਂ ਨਾ ਆਪਣਾ ਨੰਬਰ ਨੰਮਰੋ ਪ੍ਰਾਤਿਕਾ ਵਗੈਰਾ ਦੇਣਾ ਜਿਵੇਂ ਕਿ ਮੈਂ ਇੱਥੇ ਇੱਕ ਨੋਟ ਲਿਖ ਦਿਆਂਗਾ ਕਿ ਦੋ ਸਤਤੋ ਦੇ ਦਮਾਂ ਦਾ ਮੈਂ ਕਿ ਦੋ ਮੈਂ ਪੁੱਛਣਾ ਤੇ ਮੇਰੇ ਦਮਾਂ ਦੀ ਹਾਲਤ ਜਿਹੜਾ ਇਨ ਦਿਨਿਤਾ ਸੇਚਾਂ ਤੋਂ 1000 ਯੂਰੋ ਰੈਡਿਓ ਟੂ ਦਿ ਐਮਰਜੈਂਸਾ ਜਿਹੜਾ ਵੀ ਤੁਹਾਡਾ ਦਮੰਦ ਹੈ ਜਿਹੜਾ ਵੀ ਤੁਸੀਂ ਕੁਐਸਚਨ ਕਰਨਾ ਚਾਹੁੰਦੇ ਉਹਨਾਂ ਨੂੰ ਉਹ ਲਿਖਣਾ ਹੈ ਇਨ ਨੰਬਰ ਦੀ ਪ੍ਰਤੀਕੌਰ ਨੰਬਰ ਲਿਖਣਾ ਹੈ ਪ੍ਰਤੀਕ ਦਾ ਠੀਕ ਹੈ ਔਰ ਇਨ ਵਿਆ ਤੋਲ ਜੋਰਨੋ ਜਿਹੜਾ ਮੈਂ ਭੇਜਿਆ ਸੀ ਤੁਹਾਨੂੰ 6 ਤਰੀਖ 5ਵਾਂ ਮਹੀਨਾ ਜਿਹੜਾ ਵੀ ਤਰੀਕ ਹੋਵੇ ਤਰੀਕ ਸਹੀ ਲਿਖਣੀ ਹੈ ਠੀਕ ਹੈ ਔਰ ਦਮੰਦ ਦੇ ਨਾਲ ਸਹੀ ਲਿਖਣਾ ਹੈ ਵੀਰਿੰਗ ਰਿੰਗ੍ਰਾਸੀਓigureda ਕਰਨਾ ਕੋਰੀਦਰ ਚਲੀ ਤੇ ਤੁਹਾਡਾ ਮੁਖਲਸ ਅੱਗੇ ਥੱਲੇ ਨਾਂ ਸ਼ਾਰਦ ਲਿਖ ਸਕਦੇ ਹੋ ਔਰ ਇਨ ਅਵੰਤੀ ਕਰ ਦੇਣਾ ਹੈ ਅਵੰਤੀ ਕਰੋਗੇ विद इन 48 ਆਵਰਸ ਤੁਹਾਨੂੰ ਇਹ ਰਿਪਲਾਈ ਕਰਨਗੇ ਤੁਹਾਡੇ ਦਮਾੰਦੇ ਦੀ ਹਾਲਤ ਵਗੈਰਾ ਦੱਸਣਗੇ ਠੀਕ ਹੈ ਇਹ ਹੋ ਗਿਆ ਪਹਿਲਾ ਤਰੀਕਾ ਕਰ ਤੇ ਇਹਦੇ ਤੋਂ ਇਲਾਵਾ ਦੂਸਰਾ ਤਰੀਕਾ ਕਰ ਹੈ ਯਾਨੀ ਕਿ ਐਸ ਆਰ ਕੁਝ ਲਿਖ ਕੇ ਇਨ ਵੇਅਰ ਕਰ ਦੇਣਾ ਅਵੰਤੀ ਕਰ ਦੇਣਾ ਇਹ ਤੁਹਾਡਾ ਮੈਸੇਜ ਚਲਾ ਜਾਏਗਾ ਤੁਹਾਡੀ ਮੇਲ ਦੇ ਉੱਤੇ ਤੁਹਾਨੂੰ ਫੋਨ ਦੇ ਉੱਤੇ ਤੁਹਾਨੂੰ ਰਿਸਪੌਂਸ ਆਵੇਗਾ ਵਾਪਸ ਉਹ ਦੱਸਣਗੇ ਕਿ ਤੁਹਾਡੇ ਦਮਾਂ ਦੀ ਹਾਲਤ ਕਿਹੜੀ ਹੈ ਭਾਵੇਂ ਜਿਹੜਾ ਵੀ ਦਮਾਂ ਦਾ ਤੁਸੀਂ ਕੀਤਾ ਹੋਇਆ ਹੈ ਤੇ ਪੈਸੇ ਜਿਹੜੇ ਕਿ ਲੱਗਨ ਪ੍ਰੋਬਲਮ ਇਹਦੇ ਕਿਉਂ ਆ ਗਈ ਹੋਈ ਹੈ ਤੇ ਦੂਸਰਾ ਤਰੀਕਾ ਕਰ ਹੈਗਾ ਜੀ ਕੰਟੈਕਟ ਸੈਂਟਰ ਤੁਸੀਂ ਰਾਬਤਾ ਕਰ ਸਕਦੇ ਹੋ ਇਮਪਸ ਦੇ ਜਿਲਾ ਕਿ ਇਹ ਦੋ ਨੰਬਰ ਨੇ ਜਿਹੜੇ ਤੁਸੀਂ ਇਹ ਇਸਤੇਮਾਲ ਕਰ ਸਕਦੇ ਹੋ ਅਦਰਵਾਇਜ਼ ਤੁਸੀਂ ਵੈਸੇ ਤਾਂ ਆਪਣੇ ਏਰੀਆ ਦੇ ਜਿਹੜੇ ਇਮਪਸ ਹੈ ਉਹਦਾ ਵੀ ਨੰਬਰ ਤੁਹਾਨੂੰ ਤੁਸੀਂ ਆਪਣੇ ਪ੍ਰੋਵਿੰਸ ਅਕੋਰਡਿੰਗ ਤੁਸੀਂ ਨਿਕਲ ਸਕਦਾ ਹੈ ਲੇਕਿਨ ਇਹ ਨੰਬਰ ਜਿਹੜੇ ਨੰਬਰ ਉਹਦੇ ਹੈ 08 3164 ਔਰ ਦੂਸਰਾ ਨੰਬਰ ਹੈ 06164164 ਇਹ ਨੰਬਰ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਫਿਰ ਇਹਦੇ ਤੋਂ ਇਲਾਵਾ ਆਖਰੀ ਹਾਲ ਹੈ ਕਿ ਤੁਸੀਂ ایمਪਸ ਦੇ ਦਫਤਰ ਡਾਇਰੈਕਟਲੀ ਫਿਜ਼ੀਕਲੀ 1 ਜੁਲਾਈ ਤੋਂ ਬਾਅਦ ਜਾ ਸਕਦੇ ਹੋ ایمਪਸ ਦਾ ਦਫਤਰ ਜਿਹੜੇ ਨੇ 1 ਜੁਲਾਈ ਤੋਂ ਬਾਅਦ ਖੁੱਲ ਜਾਣਗੇ ਇਸ ਕਰਕੇ 1 ਜੁਲਾਈ ਤੋਂ ਬਾਅਦ ਤੁਸੀਂ ایمਪਸ ਦੇ ਦਫਤਰ ਆਪੇ ਜਾ ਸਕਦੇ ਹੋ ਜਾ ਕੇ ਤੁਸੀਂ ਆਪਣੇ ਦਮਾਂਦੇ ਦੀ ਹਾਲਤ ਆਪਣਾ ਕੋਚ ਫਸਕਾ ਲਏ ਆਪਣੇ ਪਰਮਿਟ ਸਿਚੋਰਨ ਵਗੈਰਾ ਦੇ ਕੇ ਤੇ ਉਹ ਤੁਹਾਨੂੰ ਤੁਹਾਡੇ ਦਮਾਂ ਦੇ ਦੀ ਸਟੇਟਸ ਜਿਹੜਾ ਦੱਸ ਦੇਣਗੇ ਇਹ ਇੱਕ ਰਿਕੁਆਇਰਮੈਂਟ ਹੈ ਜੇ ਕੋ ਕਾਟਵਾਦ ਹੋਵੇ ਤਾਂ ਉਹ ਵੀ ਤੁਸੀਂ ਉਹਨਾਂ ਨੂੰ ਡਾਇਰੈਕਟ ਪ੍ਰੋਵਾਈਡ ਕਰ ਸਕੋਗੇ ਇਹ ਤਿੰਨ ਤਰੀਕਾ ਕਰਸ ਜੀ ਜਿਵੇਂ ਮੈਂ ਮੈਂਤ ਨਾਲ ਵੀਡੀਓ ਬਣਾਈ ਹੈ ਇਸੇ ਤਰ੍ਹਾਂ ਤੁਸੀਂ ਥੋੜੀ ਜਿਹੀ ਮੈਂਤ ਕਰਕੇ ਵੀਡੀਓ ਨੂੰ ਸ਼ੇਅਰ ਕਰਾ ਕਰੋ ਕਿ ਬਾਕੀ ਦੀ ਵੀ ਹੈਲਪ ਹੋ ਸਕੇ ਤੇ ਮਿਲਾਂਗੇ ਅਗਲੀ ਵੀਡੀਓ ਤਦ ਤੱਕ ਜਸਦੇ ਹੋ ਫਿਰ ਮਾਂ ਲਾ